ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਮਸਲੇ ਵਿੱਚ ਇਕੱਠੇ ਹੋਏ ਆ, ਜਿਹੜਾ ਅੰਮ੍ਰਿਤਪਾਲ ਮਹਿਰੋ ਸਾਡਾ ਬੇਟਾ, ਉਹਨੇ ਜੋ ਕੀਤਾ ਸੋ ਵਧੀਆ ਕੀਤਾ। ਬਲਜਿੰਦਰ ਸਿੰਘ ਚਰਨਘਾਟ ਗੁਰਦੁਆਰੇ ਦੇ ਵਿੱਚ ਆਪਣੀਆਂ ਮਨ ਆਈਆਂ ਕਰਦਾ ਸੀ, ਰੋਜ਼ ਉਹ ਬੇਇੱਜ਼ਤੀ ਕਰਦਾ ਸੀਗਾ। ਅੰਮ੍ਰਿਤਪਾਲ ਮਹਿਰੋ ਨੂੰ ਪਤਾ ਲੱਗਾ ਤੇ ਉਹਨਾਂ ਕੋਲ ਬਰਦਾਸ਼ਤ ਨਹੀਂ ਹੋਇਆ। ਉਹਨਾਂ ਨੇ ਜਿਹੜਾ ਐਕਸ਼ਨ ਲਿਆ, ਜੋ ਕੀਤਾ ਉਹਨਾਂ ਨੇ ਵਧੀਆ ਕੀਤਾ। ਤੇ ਜਿਹੜਾ ਸਾਡਾ ਬੱਚਾ ਆ, ਜੇ ਉਹਦੇ ਤੇ ਸਰਕਾਰਾਂ ਪ੍ਰਸ਼ਾਸਨ ਉਲਟ ਐਕਸ਼ਨ ਲੈਣਗੀਆਂ, ਅਸੀਂ ਜਿਹੜਾ ਸਾਡਾ ਬੱਚਾ ਆ ਅੰਮ੍ਰਿਤਪਾਲ ਮਹਿਰੋ, ਅਸੀਂ ਉਹਦੇ ਹੱਕ ਦੇ ਵਿੱਚ ਖੜੇ ਆ। ਅਸੀਂ ਰੱਜ ਕੇ ਵਿਰੋਧ ਕਰਾਂਗੇ ਔਰ ਕਰਦੇ ਵੀ ਆ ਤੇ ਕਰਦੇ ਰਵਾਂਗੇ। ਵਾਹਿਗੁਰੂ ਜੀ ਕਾ